ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਕੈਪਟਨ ਸਰਕਾਰ ਵੱਲੋਂ ਬਣਾਈ ਗਈ ਨਵੀਂ ਸੱਟ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਬੀਤੇ ਦਿਨੀ ਸਰਕਾਰ ਦੇ ਵੱਲੋਂ ਕੋਟਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਨਵੀਂ ਸੱਟ ਬਣਾਈ ਗਈ ਆ ਜੋ ਕਿ 6 ਮਹੀਨੇ ਦੇ ਵਿੱਚ ਆਪਣੀ ਰਿਪੋਰਟ ਤਿਆਰ ਕਰੇਗੀ ਪਰ ਹੁਣ ਇਸ ਸੱਟ ਤੇ ਜਿਹੜੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਹੁਣ ਸਾਬਕਾ ਕੈਪਟਨ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਸਰਕਾਰ ਨੂੰ ਘੇਰਿਆ ਹੈ ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਹਮਲਾ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੇ ਆਪਣੇ ਫੇਸਬੁੱਕ ਪੇਜ ਤੇ ਨਵੀਂ ਪੋਸਟ ਪਾਈ ਆ ਸਿੱਧੂ ਨੇ ਲਿਖਿਆ ਹੈ ਅਫਸੋਸ ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਰਕੇ ਸਰਕਾਰ ਹਾਈ ਕੋਰਟ ਦੇ ਹੁਕਮ ਮੰਨਣ ਦੇ ਲਈ ਮਜਬੂਰ ਆ ਇਹ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਕਹੀ ਆ ਕਿ ਗ੍ਰਹਿ ਮੰਤਰੀ ਦੀ ਜਿਹੜੀ ਨਾਕਾਬਲੀਅਤ ਆ ਗ੍ਰਹਿ ਮੰਤਰੀ ਕੌਣ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਨਾਕਾਬਲੀਅਤ ਕਰਕੇ ਜਿਹੜੀ ਸਰਕਾਰ ਹੁਣ ਹਾਈ ਕੋਰਟ ਦੇ ਹੁਕਮ ਮੰਨਣ ਦੇ ਲਈ ਮਜਬੂਰ ਆ ਇਹ ਗੱਲ ਜਿਹੜੀ ਸਿੱਧੂ ਦੇ ਵੱਲੋਂ ਕਹੀ ਗਈ ਆ ਸਿੱਧੂ ਅੱਗੇ ਲਿਖਦੇ ਨੇ ਜਿਸ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਲੋਕ ਖੜੇ ਨੇ ਨਵੀਂ ਸੱਟ ਨੂੰ 6 ਮਹੀਨੇ ਹੋਰ ਦੇਣ ਦਾ ਮਤਲਬ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਦੀ ਬਦਕਿਸਮਤੀ ਦੇ ਨਾਲ ਆਉਣ ਵਾਲੀਆਂ ਚੋਣਾਂ ਦੇ ਲਈ ਜਿਹੜਾ ਚੋਣ ਜਾਬਤੇ ਤੱਕ ਲਟਕਾਉਣਾ ਏ ਇਹ ਗੱਲ ਜਿਹੜੀ ਸਿੱਧੂ ਦੇ ਵੱਲੋਂ ਕਹੀ ਗਈ ਆ ਕਿ ਜਿਹੜੇ ਸਰਕਾਰ 6 ਮਹੀਨੇ ਦੇ ਰਹੀ ਆ ਇਹ ਲਟਕਾਉਣ ਦਾ ਕੰਮ ਆ ਕਿਉਂਕਿ ਅੱਗੇ ਚੋਣ ਜਾਬਤਾ ਲੱਗ ਜਾਣਾ ਚੋਣਾਂ ਆ ਜਾਣੀਆਂ ਨੇ 2022 ਦੀਆਂ ਇਹ ਜਾਣਬੁੱਝ ਕੇ ਜਿਹਾ ਕੀਤਾ ਗਿਆ ਹੈ ਅੱਗੇ ਲਿਖਦੇ ਨੇ ਸਿੱਧੂ ਇਨਸਾਫ ਦੇ ਵਿੱਚ ਜਾਣਬੁੱਝ ਕੇ ਦੇਰੀ ਲੋਕਮਤ ਦੇ ਨਾਲ ਵਿਸ਼ਵਾਸ ਘਾਟਾ ਹੈ ਇਹ ਵੀ ਗੱਲ ਜਿਹੜੀ ਸਿੱਧੂ ਨੇ ਕਹੀ ਆ ਨਾਲ ਸਿੱਧੂ ਅੱਗੇ ਲਿਖਦੇ ਨੇ 6 ਸਾਲਾਂ ਦੇ ਦੌਰਾਨ ਕਈ ਜਾਂਚ ਕਮਿਸ਼ਨ ਬਣੇ ਨੇ ਕਈ ਸੱਟਾਂ ਬਣੀਆਂ ਨੇ ਪਰ ਜਿਸ ਦੇ ਕਾਰਨ ਸਬੂਤ ਕਮਜ਼ੋਰ ਹੋ ਗਏ ਨੇ ਤੇ बार-बार ਇਲਜ਼ਾਮਾਂ ਬਾਰੇ ਪੜਤਾਲ ਹੋਣ ਕਾਰਨ ਜਿਹੜੇ ਗੁਨਾਹਗਾਰ ਨੇ ਉਹ ਆਪਣੇ ਬਚਾਅ ਦੇ ਲਈ ਮਜ਼ਬੂਤੀ ਦੇ ਨਾਲ ਹੋਰ ਸਿਆਣੇ ਹੋ ਗਏ ਨੇ ਇਹ ਗੱਲ ਜਿਹੜੀ ਸਿੱਧੂ ਦੇ ਵੱਲੋਂ ਕਹੀ ਗਈ ਹੈ ਸਿੱਧੂ ਨੇ ਕਿਹਾ ਕਿ ਵਾਰ-ਵਾਰ ਸੱਟਾਂ ਮੰਣ ਦੇ ਨਾਲ ਵਾਰ-ਵਾਰ ਕਮਿਸ਼ਨ ਬਣਨ ਦੇ ਨਾਲ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਦੀ ਜਦੋਂ ਜਾਂਚ ਹੁੰਦੀ ਆ ਜੋ ਗੁਨਾਹਗਾਰ ਨੇ ਉਹ ਆਪਣੀ ਜਿਹੜੀ ਬਚਾਅ ਦੇ ਲਈ ਹੋਰ ਮਜ਼ਬੂਤੀ ਦੇ ਨਾਲ ਕੰਮ ਕਰ ਰਹੇ ਨੇ ਸਿਆਣੇ ਹੋ ਗਏ ਨੇ ਵੀ ਕਿਸ ਤਰ੍ਹਾਂ ਬਚਣਾ ਹੈ ਇਹ ਗੱਲ ਜਿਹੜੀ ਸਿੱਧੂ ਦੇ ਵੱਲੋਂ ਕਹੀ ਗਈ ਆ ਲਗਾਤਾਰ ਪੰਜਾਬ ਸਰਕਾਰ ਦੀ ਕਾਰਜਕਾਰੀ ਤੇ ਸਵਾਲ ਉੱਠ ਰਹੇ ਨੇ ਪਹਿਲਾ ਸਰਕਾਰ ਦੇ ਵੱਲੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੇ ਵਿੱਚ ਸੱਟ ਬਣਾਈ ਸੀ ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਹੁਣ ਪਰ ਨਵੀਂ ਸੱਟ ਬਣੀ ਆ ਜਿਸ ਨੇ 6 ਮਹੀਨੇ ਦੇ ਅੰਦਰ ਰਿਪੋਰਟ ਦੇਣੀ ਆ ਲਗਾਤਾਰ ਵਿਰੋਧ ਹੋ ਰਿਹਾ ਇੱਕ ਪਾਸੇ ਵਿਰੋਧੀ ਤਰ੍ਹਾਂ ਸਰਕਾਰ ਦੀ ਕਾਰਜਕਾਰੀ ਤੇ ਸਵਾਲ ਚੱਕ ਰਹੀਆਂ ਨੇ ਦੂਜੇ ਪਾਸੇ ਆਪਣੇ ਹੀ ਜਿਹੜੇ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੇ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਹਰ ਰੋਜ਼ ਜਿਹੜੇ ਹਮਲੇ ਤੇਜ਼ ਹੋ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਪੁੱਛੇ ਜਾ ਰਹੇ ਨੇ ਸਿੱਧੇ ਤਿੱਖੇ ਹਮਲੇ ਕੀਤੇ ਜਾ ਰਹੇ ਨੇ ਟਵੀਟ ਦੇ ਜ਼ਰੀਏ ਫੇਸਬੁੱਕ ਦੇ ਜ਼ਰੀਏ ਬੀਤੀ ਕੱਲ੍ਹ ਇੱਕ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੁਝ ਵਿਧਾਇਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਪ੍ਰਗਟ ਸਿੰਘਸ ਵੀ ਮੌਜੂਦ ਸੀ ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਕਿ ਕਿ ਟਿੱਲੋ ਤੇ ਹੋਰ ਕਈ ਵਿਧਾਇਕ ਸੀ ਇਹ ਵੀ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਦੇ ਵਿੱਚ ਵੱਡੀ ਬਗਾਵਤ ਹੋਣ ਦੀ ਜਿਹੜੀ ਤਿਆਰੀ ਚੱਲ ਰਹੀ ਆ ਵੱਡਾ ਤਮਾਕਾ ਹੋ ਸਕਦਾ ਏ ਕਿਉਂਕਿ 2017 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੋ ਬੇਅਦਬੀ ਦੇ ਗੁਨਾਹਗਾਰ ਹੋਣਗੇ ਕੋਟਪੂਰਾ ਗੋਲੀ ਮਾਮਲੇ ਦੇ ਗੁਨਾਹਗਾਰ ਹੋਣਗੇ ਸਰਕਾਰ ਆਉਣ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਜੇਲ੍ਹ ਦੇ ਅੰਦਰ ਤੱਕ ਜਿਹੜੀ ਭੇਜਣ ਦੀ ਗੱਲ ਕਹੀ ਗਈ ਸੀ ਪਰ 4 ਸਾਲ ਦਾ ਸਮਾਂ ਬੀਤ ਗਿਆ 2022 ਦੇ ਵਿੱਚ ਚੋਣਾਂ ਆਉਣ ਵਾਲੀ ਆ ਥੋੜਾ ਜਿਹਾ ਸਮਾਂ ਰਹਿ ਗਿਆ ਪਰ ਹੁਣ ਆਪਣੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਰਨ ਲੱਗੇ ਨੇ ਕਿ ਕਿਉਂ ਨਹੀਂ ਇਨਸਾਫ ਦਿੱਤਾ ਸਿੱਖ ਕੌਮ ਤੁਹਾਡੇ ਵੱਲ ਦੇਖ ਰਹੀ ਸੀ ਵਾਦੇ ਵੱਡੇ ਕੀਤੇ ਪਰ ਇਨਸਾਫ ਨਹੀਂ ਹੋਇਆ ਵਫਾ ਨਹੀਂ ਹੋਏ ਵਾਦੇ ਜਿਹੜੇ ਕੀਤੇ ਗਏ ਨੇ ਇਸ ਕਰਕੇ ਹੁਣ ਸਰਕਾਰ ਦੇ ਅੰਦਰ ਵੀ ਜਿਹੜੀ ਬਗਾਵਤ ਚੱਲ ਪਈ ਆ ਕਾਂਗਰਸ ਦੇ ਲੀਡਰਾਂ ਨੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਆ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਬਗਾਵਤ ਜਿਹੜੀ ਹੋ ਸਕਦੀ ਆ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਹਮਲੇ ਨੇ ਕੈਪਟਨ ਨਵਿੰਦਰ ਸਿੰਘ ਦੇ ਖਿਲਾਫ ਹੋਰ ਵੀ ਜ਼ਿਆਦਾ ਵੱਧਦੇ ਜਾ ਰਹੇ ਨੇ ਲਗਾਤਾਰ ਤੁਸੀਂ ਗਲੋਬਲ ਪੰਜਾਬ ਟੀਵੀ ਦੇ ਨਾਲ ਜੁੜੇ ਰਹੋ ਕੈਮਰਾਮੈਨ ਗੁਰਬੀਰ ਬਿਰਕ ਦੇ ਨਾਲ ਕੁਲਦੀਪ ਸਿੰਘ ਢੋਡੇ ਗਲੋਬਲ ਪੰਜਾਬ ਟੀਵੀ ਪਟਿਆਲਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ੋਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ